ਪੁਲਿਸ ਨੂੰ ਬੀਤੇ ਦਿਨੀ ਨਿਊ ਸ਼ਹੀਦ ਊਧਮ ਸਿੰਘ ਨਗਰ ਦੀ ਗਰਾਊਂਡ ਨੇੜੇ ਝਾੜੀਆਂ ਵਿੱਚੋਂ ਇੱਕ ਔਰਤ ਦੀ ਲਾਸ਼ ਮਿਲੀ ਸੀ। ਇਸ ਮਾਮਲੇ ਦਾ ਖੁਲਾਸਾ ਕਰਦਿਆਂ ADCP ਸਿਟੀ 1 ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦੋਸ਼ੀ ਸਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਦੇ ਮ੍ਰਿਤਕਾਂ ਨਾਲ ਨਜਾਇਜ਼ ਸੰਬੰਧ ਸਨ। ਸਵਿੰਦਰ ਸਿੰਘ ਨੇ ਮ੍ਰਿਤਕਾ ਅਮਨਦੀਪ ਕੌਰ ਦਾ ਅਬੋਰਸ਼ਨ ਕਰਾਇਆ ਸੀ ਅਤੇ ਅਮਨਦੀਪ ਦੀ ਹਾਲਤ ਵਿਗੜਨ ਕਾਰਨ ਉਸ ਦੀ ਮੌਤ ਹੋ ਗਈ, ਜਿਸ ਤੇ ਦੋਸ਼ੀ ਨੇ ਲਾਸ਼ ਖੁਰਦ-ਬੁਰਦ ਕਰਨ ਲਈ ਇਸ ਨੂੰ ਨਿਊ ਸ਼ਹੀਦ ਊਧਮ ਸਿੰਘ ਨਗਰ ਦੀ ਗਰਾਊਂਡ ਵਿੱਚ ਸੁੱਟ ਦਿੱਤਾ। ਸਵਿੰਦਰ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ACP ਜਸਪ੍ਰੀਤ ਸਿੰਘ, SHO ਸੁਖਬੀਰ ਸਿੰਘ ਵੀ ਪੱਤਰਕਾਰ ਸੰਮੇਲਨ ਵਿੱਚ ਮੌਜੂਦ ਸਨ। 23 ਤਰੀਕ ਦਿਨ ਐਤਵਾਰ ਨੂੰ ਸ਼ਾਮ ਨੂੰ ਇੱਕ ਜਿਹੜੀ ਸ਼ਹੀਦ ਊਧਮ ਸਿੰਘ ਨਗਰ ਅੰਮ੍ਰਿਤਸਰ ਕੇ ਲੇਡੀ ਦੀ ਡੈੱਡ ਬੋਡੀ ਇੱਕ ਇਨਫੋਰਮੇਸ਼ਨ ਮਿਲੀ ਕਿ ਉੱਥੇ ਇੱਕ ਲੇਡੀ ਦੀ ਡੈੱਡ ਬੋਡੀ ਜਿਹੜੀ ਹੈ ਉਹਦੇ ਬਾਰੇ ਡਿਟੇਲ ਦੇ ਵਿੱਚ ACP ਈਸਟ ਨਾਲ SHO BDN ਨੇ ਜਿਹੜਾ ਸਾਡੀ ਟੀਮ ਬਣਾ ਕੇ ਜਿਹੜਾ ਵੈਰੀਫਾਈ ਕੀਤਾ, ਜਿਹਦੇ ਬਾਰੇ ਬੰਦੇ ਬਾਰੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਡਾਕਟਰ ਮਾਨ ਹੈ ਜਿਹਦੇ ਨਾਲ ਉਹਦੇ ਨਾਲ ਕੋਈ ਸੰਬੰਧ ਹੈਗੇ। ਜਦੋਂ ਡਿਟੇਲ ਦੇ ਵਿੱਚ ਸਾਰਾ ਪਤਾ ਕੀਤਾ, ਉਹ ਅਸਲੀ ਨਾਮ ਜਿਹੜਾ ਪਤਾ ਕਰਕੇ ਉਹ ਦੋਸ਼ੀ ਸਵਿੰਦਰ ਸਿੰਘ ਨਿਕਲਿਆ, ਜੋ ਕਿ ਚੱਬੇ ਇੱਕ ਚੋਲਾ ਛਾਪ ਡਾਕਟਰ ਜਿਵੇਂ ਅਸੀਂ ਕਹਿ ਸਕਦੇ ਹਾਂ, ਇੱਕ ਉਹਨੇ ਦੁਕਾਨ ਪਾਈ ਸੀ। ਇਸ ਲੇਡੀ ਦੇ ਨਾਲ ਅਮਨਦੀਪ ਕੌਰ, ਇਸ ਲੇਡੀ ਦਾ ਨਾਮ ਜਿਹੜੀ ਸਾਨੂੰ ਡੈੱਡ ਬੋਡੀ ਮਿਲੀ, ਇਹਦੇ ਨਾਲ ਉਹਦੇ ਨਜਾਇਜ਼ ਸੰਬੰਧ ਸੀਗੇ। ਇਹਦੇ ਨਾਲ ਜਦੋਂ ਨਜਾਇਜ਼ ਸੰਬੰਧ ਕਰਕੇ ਉਹਦਾ ਇੱਕ ਪ੍ਰੈਗਨੈਂਟ ਹੋ ਗਈ, ਪ੍ਰੈਗਨੈਂਟ ਉਹਨੂੰ ਅਬੋਰਟ ਕਰਨ ਵਾਸਤੇ ਇਸ ਦੋਸ਼ੀ ਨੇ ਉਸਦਾ ਅਬੋਰਸ਼ਨ ਕਰਨ ਦੀ ਕੋਸ਼ਿਸ਼ ਕੀਤੀ। ਆਪਣੇ ਕਲੀਨਿਕ ਦੇ ਵਿੱਚ ਉਹਨੇ ਉਹਨੂੰ ਕੁਝ ਇਹੋ ਜਿਹੀਆਂ ਮੈਡੀਸਿਨਸ ਦਿੱਤੀਆਂ ਜਿਹਦੇ ਨਾਲ ਉਹਦੀ ਤਬੀਅਤ ਵਿਗੜ ਗਈ ਅਤੇ ਉਸਨੇ ਉਹਨੂੰ ਵਾਪਸ ਘਰ ਦੇ ਵਿੱਚ ਜਿਹੜਾ ਛੱਡਣ ਦੀ ਜਗ੍ਹਾ 'ਤੇ ਉਹਨੂੰ ਬਾਹਰ ਇਸ ਤਰੀਕੇ ਨਾਲ ਉਹਦੀ ਡੈੱਡ ਬੋਡੀ ਨੂੰ ਜਿਹੜਾ ਡਿਸਪੋਜ਼ ਆਫ ਕਰਨ ਦੀ ਕੋਸ਼ਿਸ਼ ਕੀਤੀ, ਜੋ ਕਿ ਦੋਸ਼ੀ ਫੜਿਆ ਗਿਆ ਅਤੇ ਉਹਨੂੰ ਅਸੀਂ ਰਿਮਾਂਡ 'ਤੇ ਲੈ ਗਏ। ਇਹ ਪਿਛਲੇ ਕੁਛ ਇੱਕ ਸਾਲ ਤੋਂ ਜਿਹੜਾ ਉਹਨਾਂ ਦਾ ਆਫਿਸ ਵਿੱਚ ਚੱਲ ਰਿਹਾ ਸੀ।